ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਾ। ਤੇ ਅੱਜ ਸਾਡੇ ਸਟੂਡੀਓ ਮੌਜੂਦ ਹੈ ਸਟਾਰ ਕਾਸਟ ਆਫ ਦ ਮੂਵੀ ਗੁੱਡੀਆਂ ਪਟੋਲੇ। ਆਈ ਹੈਵ ਵਿਦ ਮੀ ਸੋਨਮ ਬਾਜਵਾ, ਗੁਰਨਾਮ ਪੁੱਲਰ ਐਂਡ ਤਾਨਿਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ, ਹਮੇਸ਼ਾ ਇੱਥੇ ਆ ਕੇ ਬਹੁਤ ਵਧੀਆ ਲੱਗਦਾ। ਐਂਡ ਸਾਡੀ ਪੂਰੀ ਟੀਮ ਵੱਲੋਂ ਥੈਂਕ ਯੂ ਸੋ ਮੱਚ ਫੋਰ ਸਪੋਰਟਿੰਗ ਆਰ ਫਿਲਮ, ਥੈਂਕ ਯੂ ਫੋਰ ਹੈਵਿੰਗ ਅਸ ਹਿਅਰ, ਸੋ ਥੈਂਕ ਯੂ। ਮੇਰੇ ਲਈ ਅੱਜ ਦਾ ਦਿਨ ਬਹੁਤ ਜ਼ਿਆਦਾ ਸਪੈਸ਼ਲ ਹੈ। ਇੱਕ ਤਾਂ ਅਸੀਂ ਗੁੱਡੀਆਂ ਪਟੋਲੇ ਦੇ ਮਤਲਬ ਬੜੇ ਨੇੜੇ ਪਹੁੰਚ ਚੁੱਕੇ ਹਾਂ, ਅਤੇ ਇੱਕ ਅੱਜ ਮੈਂ ਜਿਨ੍ਹਾਂ ਨੇ ਮੈਨੂੰ ਟੀ ਵੀ ਪਹਿਲੀ ਵਾਰ ਸ਼ੁਰੂ ਕਰਵਾਇਆ, ਜਿਨ੍ਹਾਂ ਨੇ ਮੇਰੀ ਉਂਗਲ ਫੜ ਕੇ ਮੈਨੂੰ ਸਟੇਜ 'ਤੇ ਚੜਾਇਆ ਔਨ ਟੀ ਵੀ, ਹਿਤੇਨ ਬੇਰੀ ਸਾਹਿਬ। ਸੋ ਸਰਪ੍ਰਾਈਜ਼ਿੰਗਲੀ ਉਹ ਇੱਥੇ ਮੇਰੇ ਖਿਆਲ 'ਚ ਹੁਣ ਦੈਨਿਕ ਸਵੇਰਾ 'ਚ ਨੇ, ਅਤੇ ਮੈਂ ਉਹਨਾਂ ਨੂੰ ਮਿਲਿਆ। ਇਸ ਤੋਂ ਵੱਡੀ ਖੁਸ਼ੀ ਦੀ ਗੱਲ ਮੇਰੇ ਲਈ ਕੋਈ ਨਹੀਂ ਹੋ ਸਕਦੀ। ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਅੱਜ ਅਸੀਂ ਤਿੰਨੋਂ ਇਕੱਠੇ ਹੋ ਕੇ ਪ੍ਰਮੋਟ ਕਰ ਰਹੇ ਹਾਂ ਗੁੱਡੀਆਂ ਪਟੋਲੇ। ਯੂਜੂਲੀ ਗੁੱਡੀਆਂ ਪਟੋਲੇ ਕਦੀ ਕੋਈ ਵੀ ਸੀ ਜਾਂਦਾ, ਸੋ ਵੀ ਆਰ ਆਲ ਟੁਗੇਦਰ ਟੂ ਪ੍ਰਮੋਟ। ਇਹਦਾ ਟਾਈਟਲ ਬਹੁਤ ਐਕਸਾਈਟਿੰਗ ਹੈ, ਗੁੱਡੀਆਂ ਪਟੋਲੇ, ਇਹਦਾ ਟਾਈਟਲ ਕਿੱਦਾਂ ਰੱਖਿਆ ਗਿਆ? ਐਕਚੁਅਲੀ ਫਿਲਮ ਅਸੀਂ ਸਕ੍ਰਿਪਟ ਵੀ ਯੂਨੋ ਫਾਈਨਲ ਸੀ, ਅਸੀਂ ਸੈੱਟ 'ਤੇ ਵੀ ਚਲੇ ਗਏ ਸੀ, ਬਟ ਹਲੇ ਫਿਲਮ ਦਾ ਕੋਈ ਨਾਂ ਨਹੀਂ ਸੀ ਸਮਝ ਆ ਰਿਹਾ। ਐਂਡ ਦੈਨ ਵਨ ਡੇ ਜਗਦੀਪ ਜੋ ਕਿ ਇਸ ਫਿਲਮ ਦੇ ਰਾਈਟਰ ਆ, ਉਹਨਾਂ ਨੇ ਇੱਦਾਂ ਹੀ ਦੱਸਿਆ ਕਿ ਨਾ ਮੈਂ ਸੋਚ ਰਿਹਾ ਕਿ ਜਿੱਦਾਂ ਦੀ ਆਪਣੀ ਕਹਾਣੀ ਆ, ਜੋ ਫੀਲ ਆ ਫਿਲਮ ਦੀ, ਉਸ ਹਿਸਾਬ ਨਾਲ ਗੁੱਡੀਆਂ ਪਟੋਲੇ ਥੋੜ੍ਹਾ ਫਨ ਲੱਗੂਗਾ, ਥੋੜ੍ਹਾ ਵਧੀਆ ਲੱਗੂਗਾ। ਸੋ ਕਿਉਂਕਿ ਜਿੱਦਾਂ ਟ੍ਰੇਲਰ 'ਚ ਵੀ ਤੁਸੀਂ ਦੇਖਿਆ ਕਿ ਵੱਡੇ ਜਿੱਦਾਂ ਕਹਿੰਦੇ ਕਿ ਸਾਡੀਆਂ ਗੁੱਡੀਆਂ ਆ ਰਹੀਆਂ, ਸੋ ਉਹ ਆਪਣੇ ਬੱਚਿਆਂ ਨੂੰ ਕੁੜੀਆਂ ਨੂੰ ਕਹਿ ਦਿੰਦੇ ਗੁੱਡੀਆਂ ਆ ਰਹੀਆਂ, ਬਟ ਜਿਹੜੀ ਯੂਨੋ ਅੱਜ ਕੱਲ੍ਹ ਦੀ ਜਨਰੇਸ਼ਨ ਜਾਂ ਮੁੰਡੇ ਉਹ ਕੁੜੀਆਂ ਨੂੰ ਦੇਖ ਕੇ ਕਹਿ ਦਿੰਦੇ ਆ। ਸੋ ਦੋਨਾਂ ਦੀ ਫੀਲ ਹੈ, ਯੰਗਸਟਰਸ ਔਰ ਵੱਡੇ ਲੋਕਾਂ, ਸਭ ਲਈ ਇੱਕ ਫਿਲਮ ਆ, ਮਿਕਸ ਕੋਂਬੀਨੇਸ਼ਨ ਆਫ ਦੈਟ। ਸੋ ਆਈ ਥਿੰਕ ਇਸ ਕਰਕੇ ਨਾਮ ਵੀ ਦੋਨਾਂ ਨੂੰ ਸੋਚ ਕੇ ਔਰ ਦੋਨਾਂ ਦੀ ਥੋਟ ਪ੍ਰੋਸੈਸ ਸੋਚ ਕੇ ਅਸੀਂ ਰੱਖਿਆ ਗੁੱਡੀਆਂ ਪਟੋਲੇ। ਇਹ ਫਿਲਮ ਬਾਕੀ ਫਿਲਮਾਂ ਨਾਲੋਂ ਕਿਵੇਂ ਅਲੱਗ ਹੈ? ਦੇਖੋ ਜੀ, ਬਾਕੀ ਫਿਲਮਾਂ ਦਾ ਇੱਦਾਂ ਹੁੰਦਾ ਕਿ ਉਹੀ ਮਤਲਬ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ, ਪਹਿਲੀ ਗੱਲ ਤਾਂ ਕੋਈ ਗੁੱਸਾ ਨਾ ਕਰੇ, ਪਰ ਉਹੀ ਕਾਮੇਡੀ, ਉਹੀ ਕਰੈਕਟਰਸ, ਜਿਹੜੇ ਚਾਰ ਪੰਜ ਕਰੈਕਟਰਸ ਚੱਲਦੇ ਨੇ ਸਾਡੀ ਇੰਡਸਟਰੀ 'ਚ, ਵਧੀਆ ਸਾਰਾ ਕੁਛ, ਮੈਂ ਮਾੜਾ ਨਹੀਂ ਕੁਛ ਕਹਿ ਰਿਹਾ ਕਿਸੇ ਨੂੰ, ਸਾਡੀ ਫਿਲਮ 'ਚ ਕੁਛ ਵੀ ਹੈ ਨੀਗਾ ਜੀ। ਟ੍ਰੇਲਰ 'ਚ ਕੋਈ ਕਾਮੇਡੀਅਨ ਸਾਨੂੰ ਦੇਖਣ, ਹਾਂ ਪਰ ਮਤਲਬ ਕਾਮੇਡੀਅਨ ਹੈ ਨੀਗਾ ਪਰ ਕਾਮੇਡੀ ਹੈਗੀ ਹੈ। ਹਾਂ, ਇਹ ਨਹੀਂ ਮੈਂ ਕਹਿ ਰਿਹਾ ਕਿ ਸਾਡੀ ਫਿਲਮ ਕੋਈ ਸਿੱਖਿਆ ਦਊਗੀ, ਮੋਰਲ ਐਂਟਰਟੇਨਮੈਂਟ, ਪਿਓਰ ਐਂਟਰਟੇਨਮੈਂਟ, ਪਰ ਇੱਕ ਡਿਫਰੈਂਟ ਕੰਟੈਂਟ, ਡਿਫਰੈਂਟ ਕਨਸੈਪਟ, ਮਤਲਬ ਉਹਦੇ 'ਚ ਇੱਕ ਧੱਕੇ ਨਾਲ ਕੋਈ ਪੰਚਸ ਨਹੀਂ ਵਾੜੇ ਹੋਏ, ਤੁਹਾਨੂੰ ਉੱਦਾਂ ਹੀ ਮੂਮੈਂਟਸ ਨੂੰ ਦੇਖ ਕੇ, ਜਿੱਦਾਂ ਲਾਸਟ ਮੂਮੈਂਟ 'ਤੇ ਨਾਨੀ ਕਹਿੰਦੀ ਆ ਵੀ ਇਹ ਤਾਂ ਭੈਣਾਂ ਇਹਦੀਆਂ, ਹਨਾ, ਇੱਦਾਂ ਇਹ ਉਹ ਸਿਰਫ ਇੱਕ ਟ੍ਰੇਲਰ ਆ, ਜੇ ਤੁਹਾਨੂੰ ਟ੍ਰੇਲਰ ਚੰਗਾ ਲੱਗ ਰਿਹਾ ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਉਹ 5% ਆ ਟ੍ਰੇਲਰ ਫਿਲਮ ਦਾ। ਸੋ ਉਹ ਉਹੋ ਜਿਹੀਆਂ ਚੀਜ਼ਾਂ ਤੁਹਾਨੂੰ ਫਿਲਮ 'ਚ ਬਹੁਤ ਸਾਰੀਆਂ, ਸੋਨਮ ਦਾ ਕਰੈਕਟਰ ਆ ਜਿਵੇਂ ਮਤਲਬ ਬਾਹਰੋਂ ਆਈ ਇੱਕ ਕੁੜੀ, ਅਤੇ ਉਹਦੇ ਵਾਸਤੇ ਇੰਡੀਆ ਪੰਜਾਬ ਜਮਾਂ ਨਵਾਂ, ਹਨਾ, ਤਾਨਿਆ ਮਤਲਬ ਇਹਦਾ ਇੱਕ ਅਲੱਗ ਕਰੈਕਟਰ ਆ, ਮੈਂ ਇੱਕ ਅਲੱਗ, ਉਹ ਸਾਰੀਆਂ ਬਹੁਤ ਨਵੀਆਂ ਚੀਜ਼ਾਂ, ਪਹਿਲਾਂ ਕਿਸੇ ਨੇ ਪਲੇ ਨਹੀਂ ਕੀਤੀਆਂ ਕਿਸੇ ਫਿਲਮ 'ਚ। ਮੈਨੂੰ ਜਦੋਂ ਪਤਾ ਲੱਗਾ ਸਟਾਰ ਕਾਸਟ ਹੈ, ਸੋਨਮ ਬਾਜਵਾ, ਗੁਰਨਾਮ ਪੁੱਲਰ ਹੈ, ਮਤਲਬ ਕਿ ਇੱਕ ਐਕਸਾਈਟਮੈਂਟ ਸੀ ਮੈਨੂੰ। ਐਂਡ ਉੱਤੋਂ ਟੀਮ ਬਹੁਤ ਹੀ ਵਧੀਆ ਸੀ, ਜਗਦੀਪ ਸਰ ਦੀ ਸਟੋਰੀ ਸੀ, ਵਿਜੇ ਕੁਮਾਰ ਅਰੋੜਾ ਸਰ ਡਾਇਰੈਕਟਰ ਸੀ, ਅਤੇ ਆਈ ਐਮ ਬਲੈਸਡ ਕਿ ਮੈਂ ਇੰਨੀ ਵਧੀਆ ਸਟਾਰ ਕਾਸਟ ਨਾਲ ਕੰਮ ਕੀਤਾ। ਤੁਹਾਨੂੰ ਜਦੋਂ ਪਤਾ ਲੱਗਾ ਸੀ ਗੁਰਨਾਮ ਇਸ ਮੂਵੀ ਵਿੱਚ, ਤੁਹਾਡਾ ਫਸਟ ਰਿਐਕਸ਼ਨ ਕੀ ਸੀ? ਯੂਨੋ ਸਟੋਰੀ ਜਦੋਂ ਮੈਂ ਸੁਣੀ ਸੀ, ਡਾਇਰੈਕਟਰ ਰਾਈਟਰ ਸਾਰਿਆਂ ਦੀ ਇਹੀ ਸੋਚ ਸੀ ਕਿ ਵੀ ਵਾਂਟ ਸੰਬੜੀ ਫਰੈਸ਼, ਕਿਉਂਕਿ ਜੋ ਕਿਰਦਾਰ ਹੈ, ਜਿੱਦਾਂ ਤੁਸੀਂ ਦੇਖਿਆ, ਹੀ ਪਲੇਸ ਦਾ ਡਰਾਈਵਰ ਇਨ ਦਾ ਫਿਲਮ, ਜਿਹੜਾ ਕਿ ਸਾਨੂੰ ਪੰਜਾਬ ਘੁਮਾਉਂਦਾ। ਸੋ ਆਲਰੇਡੀ ਉਹ ਇਹ ਸੋਚਦੇ ਸੀ ਕਿ ਵੀ ਡੋਂਟ ਵਾਂਟ ਬਿਗ ਸਟਾਰ ਹੂ ਇਜ਼ ਆਲਰੇਡੀ ਇਸਟੈਬਲਿਸ਼, ਕਿਉਂਕਿ ਫਿਰ ਉਹ ਇਮੇਜ ਉੱਦਾਂ ਦੀ ਬਣੀ ਹੁੰਦੀ ਹੈ ਕਿ ਉਹਨਾਂ ਨੂੰ ਇੱਕ ਬੋਏ ਨੈਕਸਟ ਡੋਰ, ਸੰਬੜੀ ਹੂ ਜਿਹਨੂੰ ਯੂਨੋ ਲੱਗ ਸਕੇ ਕਿ ਹਾਂ ਇਹ ਇਹ ਵੀ ਪਲੇ ਕਰ ਸਕਦਾ, ਸਮਥਿੰਗ, ਸੰਬੜੀ ਹੂ ਇਜ਼ ਨਿਊ ਐਂਡ ਫਰੈਸ਼। ਸੋ ਸਾਰਿਆਂ ਦੇ ਕੋਲ ਇੱਕੋ ਹੀ ਨਾਮ ਸੀ, ਗੁਰਨਾਮ, ਬਿਕੋਜ਼ ਆਈ ਥਿੰਕ ਸਾਰਿਆਂ ਨੂੰ ਗੁਰਨਾਮ ਦੇ ਪਹਿਲੇ ਗਾਣੇ ਤੋਂ ਬਾਅਦ ਹੀ ਲੱਗਦਾ ਸੀ ਕਿ ਇਹਨਾਂ 'ਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ, ਐਂਡ ਆਈ ਥਿੰਕ ਵੀ ਵਰ ਆਲ ਰਾਈਟ ਵਿਦ ਆਰ ਚੋਇਸ, ਐਂਡ ਇੱਦਾਂ ਹੀ ਕਰਕੇ ਆਇਆ। ਐਂਡ ਆਈ ਥਿੰਕ ਆਈ ਵਾਜ਼ ਆਲਸੋ ਵੈਰੀ ਐਕਸਾਈਟਡ ਨਵੇਂ ਆਰਟਿਸਟ ਨਾਲ ਕੰਮ ਕਰਨ ਨੂੰ, ਬਿਕੋਜ਼ ਇਸ ਤੋਂ ਪਹਿਲਾਂ ਮੈਂ ਕਦੇ ਵੀ ਕਿਸੇ ਨਿਊ ਕਮਰ ਨਾਲ ਕੰਮ ਨਹੀਂ ਸੀ ਕੀਤਾ, ਸੋ ਮੇਰਾ ਵੀ ਫਸਟ ਟਾਈਮ ਸੀ। ਐਂਡ ਇਹ ਸਕ੍ਰਿਪਟ ਦੀ ਆਈ ਥਿੰਕ ਰਿਕੁਆਇਰਮੈਂਟ ਹੀ ਸੀਗੀ, ਜਿੰਨੇ ਜ਼ਿਆਦਾ ਫਰੈਸ਼ ਯੰਗ ਕਾਸਟ ਹੋ ਸਕਦੀ ਸੀ, ਆਈ ਥਿੰਕ ਉਨਾ ਜ਼ਿਆਦਾ ਫਿਲਮ ਲਈ ਵਧੀਆ ਸੀ। ਐਂਡ ਆਈ ਥਿੰਕ ਵੀ ਆਰ ਵੈਰੀ ਹੈਪੀ ਕਿ ਆਹ ਕਾਸਟਿੰਗ ਹੋਈ। ਸਟੋਰੀ ਆਈ ਤਾਂ ਵੀਰੇ ਨੇ ਕਿਹਾ ਕਿ ਸੋਨਮ ਨਾਲ ਸਾਡੀ ਗੱਲ ਹੋ ਗਈ ਆ, ਮੈਂ ਕਿਹਾ ਚੱਲੀਏ ਆਪਾਂ, ਹੋ ਗਈ ਸੋਨਮ ਨਾਲ ਗੱਲ, ਹਨਾ, ਪਰ ਐਟ ਦ ਪੁਆਇੰਟ ਚੀਜ਼ ਮਤਲਬ, ਹਨਾ, ਸਾਰੇ ਟੀਮ ਨੇ, ਜਗਦੀਪ ਸਿੱਧੂ ਵੀਰਾ ਔਰ ਸਾਰਿਆਂ ਨੇ
ਤੇ ਮੇਰੇ ਲਈ ਤੇ ਬਹੁਤ ਸਪੈਸ਼ਲ ਸੀ ਸਾਰਾ ਕੁਝ ਔਰ ਸੋਨਮ ਨੂੰ ਪਹਿਲੀ ਵਾਰ ਮਿਲਣਾ ਹੀ ਮਤਲਬ ਮੈਨੂੰ ਮੇਰੇ ਲਈ ਬੜਾ ਖਾਸ ਮੂਮੈਂਟ ਸੀਗਾ ਤੇ ਮੈਂ ਤਾਂ 4-5 ਵਾਰੀ ਸ਼ੀਸ਼ਾ ਵੇਖਿਆ ਉਦੋਂ ਤੇ ਵਧੀਆ ਸੀ ਸਾਰਾ ਕੁਝ ਬਹੁਤ ਐਕਸਾਈਟਿੰਗ ਸੀਗਾ ਸੱਚੀ ਤੇਰੇ ਨਾਲ ਮੈਂ ਜੱਚਦੀ ਜਿਵੇਂ ਗੁੱਡੀਆਂ ਨਾਲ ਪਟੋਲੇ ਵੇ ਤੇਰੇ ਨਾਲ ਮੈਂ ਜੱਚਦੀ ਇਹਨਾਂ ਨੇ ਲਿਖਿਆ ਇਹਨਾਂ ਨੇ ਕੰਪੋਜ਼ ਕੀਤਾ ਆ ਇਹ ਗਾਣਾ ਬਹੁਤ ਔਖਾ ਆ ਬਟ ਆਈ ਥਿੰਕ ਮੈਂ ਇਹ ਕਹੂੰਗੀ ਕਿ ਯੂ ਨੋ ਮੇਰੇ ਲਈ ਇਹਨਾਂ ਦੋਨਾਂ ਦੇ ਨਾਲ ਕੰਮ ਕਰਨਾ ਔਰ ਮੈਮ ਦੇ ਨਾਲ ਨਿਰਮਲ ਮੈਮ ਦੇ ਨਾਲ ਮੈਂ ਪਹਿਲਾਂ ਵੀ 2-3 ਫਿਲਮਾਂ ਕੀਤੀਆਂ ਹੋਈਆਂ ਸੋ ਬਹੁਤ ਈਜ਼ੀ ਸੀ ਇਨਫੈਕਟ ਬਿਕੋਜ਼ ਆਈ ਡੋਂਟ ਨੋ ਯੂਜਲੀ ਕੀ ਹੁੰਦਾ ਆ ਕਿ ਤੁਹਾਨੂੰ ਕਿਸੇ ਦੇ ਨਾਲ ਮਿਕਸਅਪ ਹੋਣ 'ਚ ਥੋੜ੍ਹਾ ਟਾਈਮ ਲੱਗ ਜਾਂਦਾ ਆ ਐਂਡ ਬਟ ਇਸ ਟੀਮ ਦੇ ਨਾਲ ਬਹੁਤ ਸੌਖਾ ਸੀ ਸੋ ਅਸੀਂ ਜ਼ਿਆਦਾਤਰ ਮਸਤੀ ਕਰਦੇ ਹੁੰਦੇ ਸੀ ਜ਼ਿਆਦਾਤਰ ਫਨ ਹਸੀ ਮਜ਼ਾਕ ਇਹ ਸਭ ਚੱਲਦਾ ਨਹੀਂ ਨੋਟੀ ਨਹੀਂ ਹੈ ਹੀ ਇਜ਼ ਵੈਰੀ ਸਵੀਟ ਕਿਸੇ ਨੇ ਕਿਸੇ ਨਾਲ ਪ੍ਰੈਂਕ ਕੀਤਾ ਮੇਰੇ ਤੋਂ ਪੁੱਛੋ ਹੀ ਆਲਵੇਸ ਚੀਟ ਇਨ ਲੁੱਡੋ ਓ ਅੱਛਾ ਆਲਵੇਸ ਚੀਟ ਹਰ ਦੀ ਆਨੇ ਗੇਮ ਜਦੋਂ ਹਰ ਜਾਂਦੀ ਹੈ ਉਦੋਂ ਕਹਿੰਦੀ ਹੈ ਯੂ ਆਰ ਚੀਟਰ ਐਂਡ ਰੋਈ ਬੰਦੇ ਕਿ ਮੈਂ ਹੀ ਜਿੱਤਿਆ ਇਹ ਦੋ ਬੱਚੇ ਆ ਸੈੱਟ ਤੇ ਇਹ ਦੋਨੋਂ ਲੁੱਡੋ ਖੇਡਦੇ ਰਹਿੰਦੇ ਆ ਇਹ ਦੋਨੋਂ ਥੰਮ ਫਾਈਟਿੰਗ ਪਤਾ ਨਹੀਂ ਕਿਹੜੇ ਕਿਹੜੇ ਗੇਮ ਲੱਭ ਕੇ ਆ ਦੋਨੋਂ ਆ ਟਾਈਮ ਪਾਸ ਕਰਦੇ ਸੀ ਸੈੱਟ ਤੇ ਇਹਨਾਂ ਦੋਨਾਂ ਦੀ ਲੜਾਈ ਹੁੰਦੀ ਸੀ ਆਪਸ ਵਿੱਚ ਬਹੁਤ ਸੋ ਤਾਂ ਵੈਨ ਇਟ ਕਮਸ ਟੂ ਸੋਨਮ ਤੇ ਫਿਰ ਤਾਂ ਥੋੜੇ ਸ਼ਰੀਫਾ ਸੀ ਤੇ ਵੈਨ ਇਟ ਕਮਸ ਟੂ ਮੀ ਫਿਰ ਪੁੱਛੋ ਕਿਉਂਕਿ ਮੇਰੇ ਨਾਲ ਤੇ ਗੇਮ ਖੇਡਦੇ ਖੇਡਦੇ ਚੀਟ ਕਰਦੇ ਨੋਟੀ ਹੈ ਚੀਟ ਤੇ ਤੂੰ ਕਰਦੀਆਂ ਤਾਨੀਆਂ ਚੱਲ ਪੂਰੀ ਰਾਸ਼ਨ ਦੀ ਦੁਕਾਨ ਹੈ ਨੋਟੀਨੈਸ ਚ ਗੁਨਾਹ ਤੁਹਾਨੂੰ ਕੋਈ ਫਨੀ ਮੈਮਰੀ ਯਾਦ ਹੈ ਜੋ ਤੁਸੀਂ ਮਤਲਬ ਅੱਜ ਵੀ ਅੱਜ ਤੋਂ 20 ਸਾਲ ਬਾਅਦ ਵੀ ਜੇ ਇਸ ਫਿਲਮ ਦਾ ਜ਼ਿਕਰ ਹੋਵੇ ਤੁਹਾਨੂੰ ਯਾਦ ਰਹੇਗੀ ਉਹ ਗੱਲ ਮੇਰੇ ਲਈ ਇਹ ਫਿਲਮ ਮੈਂ ਕਹਿੰਦਾ ਕਿ ਮੈਂ ਜਦੋਂ ਇਹ ਫਿਲਮ ਔਨ ਫਲੋਰ ਆਈ ਸੀਗੀ ਮੇਰੇ ਲਈ ਸੱਚੀ ਇੱਕ ਸੁਪਨਾ ਸੀਗਾ ਪਹਿਲੀ ਗੱਲ ਤੇ ਮੈਂ ਅਸੀਂ ਸਾਰੇ ਵੈਸੇ ਤਾਂ ਉਸ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ ਕਿ ਸਾਡੇ ਲਈ ਫਿਲਮ ਦਾ ਮਤਲਬ ਇੰਨਾ ਹੀ ਸੀ ਕਿ ਫਿਲਮ ਥੀਏਟਰ 'ਚ ਲੱਗਦੀ ਹੈ ਅਤੇ ਆਪਾਂ ਦੇਖਣ ਜਾਂਦੇ ਹਾਂ ਫਿਲਮ ਦਾ ਹਿੱਸਾ ਹੋਣਾ ਮਤਲਬ ਮੇਰੇ ਲਈ ਬਹੁਤ ਵੱਡੀ ਗੱਲ ਆ ਮਤਲਬ ਹੁਣ ਭਾਵੇਂ ਇਸ ਇੰਡਸਟਰੀ 'ਚ ਆ ਗਏ ਹਾਂ ਸਾਰਾ ਕੁਛ ਮੇਰੇ ਮੋਮ ਡੈਡ ਨੇ ਮਤਲਬ ਸਾਰੀ ਲਾਈਫ 'ਚ 2-3 ਵਾਰ ਥੀਏਟਰ ਦੇਖਿਆ ਹੋਣਾ ਅਤੇ ਫਿਲਮ ਹੀ ਇੱਕ ਮੇਰੇ ਲਈ ਤਾਂ ਮੈਨੂੰ ਪਹਿਲੀ ਫਿਲਮ ਔਰ ਇੰਨੀ ਸਪੈਸ਼ਲ ਸਟਾਰ ਕਾਸਟ ਨਾਲ ਇੰਨੀ ਵਧੀਆ ਟੀਮ ਨਾਲ ਦਾਦੂ ਸਰ ਜਿਨ੍ਹਾਂ ਨੇ ਮਤਲਬ ਬਾਲੀਵੁੱਡ ਦੀਆਂ ਇੰਨੀਆਂ ਵੱਡੀਆਂ ਹਸਤੀਆਂ ਨਾਲ ਕੰਮ ਕੀਤਾ ਸੰਜੇ ਦੱਤ ਨਾਲ ਕੰਮ ਕੀਤਾ ABCD3 ਔਰ ਬਹੁਤ ਸਾਰੀਆਂ ਫਿਲਮਾਂ ਅਪਕਮਿੰਗ ਵੀ ਕਰ ਰਹੇ ਨੇ ਉਹੋ ਜਿਹੀਆਂ ਸ਼ਖਸੀਅਤਾਂ ਨੂੰ ਮੇਰੇ ਖਿਆਲ 'ਚ ਮਿਲਣਾ ਹੀ ਸਾਡੇ ਲਈ ਇੱਕ ਯਾਦਗਾਰ ਆ ਤੇ ਸੈੱਟ ਤੇ ਤਾਂ ਛੁੱਟੇ ਛੁੱਟੇ ਤੁਸੀਂ ਦੇਖ ਹੀ ਲਿਆ ਹੋਣਾ ਇਹੋ ਜਿਹੇ ਤਮਾਸ਼ੇ ਅਸੀਂ ਰੋਜ਼ ਕਰਦੇ ਹਾਂ ਜਦੋਂ ਅੱਜ ਵਾਲਾ ਮੇਕਅਪ ਮੇਰਾ ਸੋਨਮ ਨੇ ਕੀਤਾ ਹਰ ਰੋਜ਼ ਕਦੇ ਅਸੀਂ ਗੱਚਕ ਖਾਣ ਲੱਗ ਜਾਣਾ ਸੈੱਟ ਦੇ ਸ਼ੂਟ ਦੇ ਵਿੱਚ ਅਸੀਂ ਮਤਲਬ ਗੱਡੀ 'ਚ ਟਰੈਵਲ ਕਰਦੇ ਸੀ ਬਹੁਤ ਸਾਰੇ ਸੀਨ ਸਾਡੇ ਗੱਡੀ 'ਚ ਨੇ ਤੇ ਮੈਂ ਸੱਚੀ ਮੈਨੂੰ ਇੱਕ ਐਂ ਲੱਗਿਆ ਵੀ ਇਹਨਾਂ ਦਾ ਮੈਂ ਡਰਾਈਵਰ ਹੀ ਹਾਂ ਇਹ ਪਿੱਛੇ 3 ਬੈਠੇ ਹੁੰਦੇ ਸੀ ਤਾਂ ਉਹ ਸਾਰਾ ਕੁਛ ਯਾਦਗਾਰੀ ਹੈ ਨਾ ਡਰਾਈਵਿੰਗ ਪਾਰਟ ਗੱਡੀ ਵਾਲਾ ਗੱਡੀ 'ਚ ਸਾਰੇ ਅੱਛਾ ਸਾਡੀ ਬੇਬੇ ਨਾਨੀ ਜਿਹੜੀ ਆ ਉਹ ਮਤਲਬ ਉਹਦਾ ਪਤਾ ਨਹੀਂ ਕਿਹੜੇ ਪਾਸੇ ਨੂੰ ਚੱਲ ਪੈਣਾ ਕਦੋਂ ਗੁੱਸਾ ਆ ਗਿਆ ਤੇ ਉਹ ਸਾਰਾ ਕੁਛ ਯਾਦਗਾਰ ਸੀਗਾ ਇਸ ਮੂਵੀ ਦਾ ਹੁਣ ਇੱਕ ਇੱਕ ਡਾਇਲੋਗ ਹੋ ਜਾਏ ਤਿੰਨਾਂ ਦਾ ਡਾਇਲੋਗ ਓਕੇ ਇੰਨੀਆਂ ਸਮਾਈਲਾਂ ਹੁਣ ਹੋਰ ਕੀ ਰਹਿ ਗਿਆ ਆਏ ਡਾਇਲੋਗ ਆ ਗੱਲ ਨਾ ਮੇਰੀਆਂ ਅੱਖਾਂ ਚੱਖਾ ਪਾ ਕੇ ਗਏ ਮੇਰੇ ਤੋਂ ਨਹੀਂ ਕਿਹਾ ਹੁਣ ਯਾਰ ਮੈਨੂੰ ਕਦੇ ਕਦੇ ਇਹ ਲੱਗਦਾ ਕਿ ਤੂੰ ਕੁੜੀਆਂ ਤੇ ਮੈਂ ਮੁੰਡਾ ਤੇ ਫਿਰ ਤੂੰ ਕਹਿਵੇ ਕੀ ਕਹਿ ਕੇ ਦਿਖਾਵਾਂ ਗੁੱਡੀਆਂ ਤੁਹਾਡਾ ਨਹੀਂ ਐ ਜੇ ਮੈਂ ਤੁਹਾਡੇ ਵਰਗਾ ਨਹੀਂ ਮਗਰ ਓਏ ਗੋਰੇ ਨੂੰ ਲਾ ਗਈ ਵੈਸੇ ਯਾਰ ਤੇਰੀ ਭਰਜਾਈ ਵੀ ਘੱਟ ਨਹੀਂ ਪਰ ਮੈਂ ਤਾਂ ਜਿਹੜਾ ਸੋਹਣਾ ਹੈ ਹੀ ਨਾ ਕੀ ਬਾਤ ਹੈ ਗੁਰਨਾਮ ਬੀਇੰਗ ਅ ਸਿੰਗਰ ਇਸ ਵੀਡੀਓ ਕਨਸੈਪਟ ਜਿੱਦਾਂ ਤੁਸੀਂ ਗਾਣੇ 'ਚ ਲੈਂਦੇ ਹੋ ਤੇ ਇੱਕ ਮੂਵੀ ਨੂੰ ਸ਼ੂਟ ਕਰਨਾ ਕੀ ਤੁਹਾਨੂੰ ਫਰਕ ਲੱਗਾ ਉਹਦੇ ਵਿੱਚ ਪਤਾ ਨਹੀਂ ਕਿਸੇ ਨੂੰ ਇਹ ਗੱਲ ਹਜਮ ਹੋਣੀ ਕਿ ਨਹੀਂ ਹੋਣੀ ਪਰ ਮੈਨੂੰ ਸੱਚੀ ਗਾਣੇ ਔਖੇ ਲੱਗਦੇ ਆ ਸ਼ੂਟ ਕਰਨੇ ਕਿਉਂਕਿ ਗਾਣੇ 'ਚ ਤੁਹਾਨੂੰ ਇੱਕ ਤੇ ਮਤਲਬ ਇੱਕ ਲਾਈਨ 'ਤੇ ਤੁਸੀਂ ਐਕਟ ਕਰਨਾ ਹੁੰਦਾ ਮਾਈਮ ਐਕਟ ਕੁਛ ਬੋਲ ਨਹੀਂ ਸਕਦੇ ਕੋਈ ਡਾਇਲੋਗ ਨਹੀਂ ਹੁੰਦੇ ਔਰ ਪਿੱਛੇ ਗਾਣਾ ਚੱਲਦਾ ਹੁਣ ਕਈ ਵਾਰੀ ਅੱਜ ਕੱਲ੍ਹ ਹਰ ਚੀਜ਼ ਕੰਪੀਟੀਸ਼ਨ ਬਹੁਤ ਜ਼ਿਆਦਾ ਵੀਡੀਓ ਡਾਇਰੈਕਟਰ ਦੀ ਕੋਸ਼ਿਸ਼ ਹੁੰਦੀ ਹੈ ਮੈਂ ਵੀਡੀਓ 'ਚ ਆਹ ਵੀ ਪਾ ਦਿਆਂ ਜਿਹੜਾ ਗਾਣੇ ਨਾਲ ਰਿਲੇਟ ਕਰਦਾ ਜਾਂ ਨਹੀਂ ਕਰਦਾ
ਤੇ ਉਹ ਮੈਨੂੰ ਔਖਾ ਲੱਗਦਾ ਜਦੋਂ ਮੈਂ ਫਿਲਮ ਐਕਟਿੰਗ ਕੀਤੀ ਹੈ ਫਿਲਮ ਸਾਨੂੰ ਇੱਕ ਐਟਮੋਸਫੇਅਰ ਮਿਲਦਾ ਇੱਕ ਸੀਨ ਮਿਲਦਾ ਡਾਇਲੋਗ ਮਿਲਦੇ ਆ ਤੁਸੀਂ ਆਪਦੇ ਇਮੋਸ਼ਨਸ ਅੱਖਾਂ ਨਾਲ ਗੱਲਾਂ ਨਾਲ ਕਰਕੇ ਡਾਇਲੋਗ ਨਾਲ ਐਕਸਪ੍ਰੈਸ ਕਰ ਸਕਦੇ ਹਾਂ ਤੁਹਾਡੇ ਕੋਲ ਕਿੰਨੇ ਸਾਰੇ ਸੋਰਸਿਸ ਨੇ ਮੈਨੂੰ ਲੱਗਦਾ ਕਿ ਫਿਲਮ ਸੌਖੀ ਹੈ ਸ਼ੂਟ ਕਰਨੀ ਗਾਣਾ ਜਿਹੜਾ ਗਾਣੇ 'ਚ ਤਾਂ ਤੁਸੀਂ ਬਸ ਮਤਲਬ ਐਂ ਕੈਮਰੇ ਸਟਿਲ ਲੱਗੇ ਤੁਸੀਂ ਐਕਸਪ੍ਰੈਸ਼ਨ ਹਾਂਜੀ ਹੋਰ ਐਕਸਪ੍ਰੈਸ਼ਨ ਲਾਈਟ ਹੋ ਗਿਆ ਡੱਲ ਹੋ ਗਿਆ ਓਵਰ ਹੋ ਗਿਆ ਉਹ ਟਿਊਨਿੰਗ ਕਰਨੀ ਮੈਨੂੰ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਲੱਗਦਾ ਕਿ ਫਿਲਮ 'ਚ ਤੁਹਾਨੂੰ ਬਹੁਤ ਸਾਰੇ ਮੌਕੇ ਹੈ ਜਿਵੇਂ ਮੈਂ ਕਈ ਡਾਇਲੋਗ ਸੀਗੇ ਦਾਦ ਨੇ ਕਹਿਣਾ ਇੱਕ ਔਰ ਦੇ ਤਾਂ ਮੈਂ ਕਿਸੇ ਹੋਰ ਤਰੀਕੇ ਨਾਲ ਦੇ ਦੇਣਾ ਮੇਰੇ ਕੋਲ ਆਪਸ਼ਨ ਹੁੰਦੀ ਸੀ ਕਿ ਇਸ ਗੱਲ ਨੂੰ ਮੈਂ ਕਿਸੇ ਹੋਰ ਤਰੀਕੇ ਨਾਲ ਵੀ ਕਹਿ ਸਕਦਾ ਮੈਨੂੰ ਤਾਂ ਗਾਣੇ ਥੋੜ੍ਹੇ ਜਿਹੇ ਔਖੇ ਆ ਸ਼ੂਟ ਕਰਨੇ ਓਕੇ ਹੁਣ ਇੱਕ ਹੋਰ ਗਾਣਾ ਹੋ ਜਾਏ ਇਸ ਫਿਲਮ ਦਾ ਇੱਕ ਗਾਣਾ ਸਾਡਾ ਅਜੇ ਰਿਲੀਜ਼ ਨਹੀਂ ਹੋਇਆ ਔਰ ਮੇਰਾ ਫੇਵਰੇਟ ਹੈ ਤੇ ਉਹ ਮੈਂ ਸੁਣਾਊਂਗਾ ਪਹੁੰਚ ਜਾਣੀਆਂ ਉਹਦੇ ਤੱਕ ਦਿਲ ਦੀਆਂ ਸਭ ਗੱਲਾਂ ਤੱਕ ਤੱਕ ਰੂਹ ਚੋਂ ਉੱਠਣਗੀਆਂ ਜੋ ਪਾਣੀ ਵਿੱਚ ਛੱਲਾਂ ਸਾਹਾਂ ਨੂੰ ਵੀ ਸਾਹਾਂ ਦੀ ਜਦ ਆਦਤ ਪੈ ਜਾਣੀ ਨੈਣਾਂ ਨੇ ਨੈਣਾਂ ਦੀ ਸੱਜਣਾ ਆਪੇ ਕਹਿ ਜਾਣੀ ਕੰਬਖਤ ਜਿਹਾ ਹੋ ਜਾਏਗਾ ਫਿਰ ਜਚਣੀਆਂ ਨਹੀਂ ਪਰ ਬਾਤਾਂ ਹੌਲੀ ਹੌਲੀ ਹੋਣਗੀਆਂ ਏ ਇਸ਼ਕ ਦੀਆਂ ਸ਼ੁਰੂਆਤਾਂ ਕਿਆ ਬਾਤ ਹੈ ਵੈਰੀ ਨਾਈਸ ਤੁਹਾਡਾ ਜੋ ਰੀਅਲ ਲਾਈਫ 'ਚ ਕੈਰੈਕਟਰ ਹੈ ਅਤੇ ਜੋ ਇਸ ਫਿਲਮ 'ਚ ਕੈਰੈਕਟਰ ਹੈ ਉਹਦੇ ਨਾਲ ਕਿੰਨਾ ਸਿਮਿਲਰ ਹੈ ਅਤੇ ਕਿੰਨਾ ਡਿਫਰੈਂਟ ਕੁਛ ਵੀ ਸਿਮਿਲਰ ਨਹੀਂ ਹੈ ਇਨਫੈਕਟ ਮੇਰੀ ਜੋ ਰੀਅਲ 'ਚ ਪਰਸਨੈਲਿਟੀ ਆ ਔਰ ਇਹ ਜੋ ਫਿਲਮ 'ਚ ਮੈਂ ਕਿਰਦਾਰ ਕੀਤਾ ਆ ਉਹ ਬਿਲਕੁਲ ਓਪੋਜ਼ਿਟ ਆ ਸੋ ਆਈ ਥਿੰਕ ਉਸੇ ਕਰਕੇ ਉਹ ਮੇਰੇ ਲਈ ਬਹੁਤ ਜ਼ਿਆਦਾ ਚੈਲੇਂਜਿੰਗ ਸੀ ਬਿਕੋਜ਼ ਆਪਣੇ ਸੁਭਾਅ ਦੇ ਨਾਲ ਮਿਲਦਾ ਜੁਲਦਾ ਕੁਛ ਕਰਨਾ ਸੌਖਾ ਹੁੰਦਾ ਆ ਬਟ ਆਪਣੇ ਬਿਲਕੁਲ ਸੁਭਾਅ ਤੋਂ ਉਲਟ ਕਰਨਾ ਇਜ਼ ਆਲਵੇਜ਼ ਡਿਫੀਕਲਟ ਅਤੇ ਪਲੱਸ ਉਹਨੂੰ ਕਨਵਿੰਸਿੰਗਲੀ ਕਰਨਾ ਔਰ ਦਿਖਾਉਣਾ ਔਰ ਆਡੀਅੰਸ ਉਹ 'ਚ ਤੁਹਾਨੂੰ ਐਕਸੈਪਟ ਕਰੇ ਦੈਟ ਇਜ਼ ਵੈਰੀ ਚੈਲੇਂਜਿੰਗ ਤਾਂ ਮੇਰੇ ਨੇਚਰ ਜਾਂ ਇਸ ਕੈਰੈਕਟਰ 'ਚ ਬਿਲਕੁਲ ਕੁਛ ਪਹਿਲੇ ਟ੍ਰੇਨਿੰਗ ਲਈ ਜਾਂ ਪ੍ਰੈਕਟਿਸ ਕੀਤੀ ਹਾਂ ਇਹਦੇ ਲਈ ਬਹੁਤ ਜ਼ਿਆਦਾ ਮਿਹਨਤ ਲੱਗੀ ਬੇਸਿਕਲੀ ਜਦੋਂ ਬਰੀਫ ਮਿਲ ਗਈ ਕਿ ਇੱਦਾਂ ਦਾ ਕੈਰੈਕਟਰ ਹੈ ਉਸ ਤੋਂ ਬਾਅਦ ਅਫਕੋਰਸ ਮੈਂ ਆਪਣਾ ਹੋਮਵਰਕ ਕੀਤਾ ਆਪ ਕਿ ਉਹ ਕੁੜੀ ਦੇ ਵਾਲ ਕਿੱਦਾਂ ਹੋਣਗੇ ਉਹ ਦਿਖਦੀ ਕਿੱਦਾਂ ਹੋਊਗੀ ਤੁਰਦੀ ਕਿੱਦਾਂ ਹੋਊਗੀ ਗੱਲ ਕਿੱਦਾਂ ਕਰਦੀ ਹੋਊਗੀ ਸੋ ਆਲ ਦੈਟ ਯੈਸ ਦੇਰ ਵਾਸ ਅ ਲੋਟ ਆਫ ਪ੍ਰੈਪਰੇਸ਼ਨ ਫਾਰ ਦੈਟ ਸਿੰਘਮ ਦੇ ਸੈੱਟ ਤੇ ਗਈ ਤਾਂ ਇੱਕ ਦੋ ਦਿਨ ਤਾਂ ਮੈਂ ਬਿਲਕੁਲ ਮੁੰਡਿਆਂ ਦੀ ਤਰ੍ਹਾਂ ਸੂਟ ਸਲਵਾਰ ਚ ਵੀ ਮੈਂ ਓਦਾਂ ਹੀ ਤੁਰਦੀ ਸੀ ਓਦਾਂ ਹੀ ਬਹਿੰਦੀ ਸੀ ਫਿਰ ਮੈਨੂੰ ਯਾਦ ਆਇਆ ਕਿ ਨਹੀਂ ਹੁਣ ਮੈਨੂੰ ਇੱਧਰ ਉੱਧਰ ਬਾਹਰ ਆ ਜਾਣਾ ਚਾਹੀਦਾ ਔਰ ਗੱਲ ਵੀ ਮੈਂ ਓਦਾਂ ਹੀ ਜਿੱਦਾਂ ਉਹ ਬੋਲਦੀ ਸੀ ਓਦਾਂ ਹੀ ਬੋਲਣ ਲੱਗ ਪਈ ਸੀ ਬਟ ਫਿਰ ਅਗੇਨ ਬੈਕ ਟੂ ਨਾਰਮਲ ਹੋ ਗਿਆ ਔਰ ਗੁਰਨਾਮ ਤੁਹਾਡਾ ਕਿੰਨਾ ਡਿਫਰੈਂਟ ਹੈ ਕੈਰੈਕਟਰ ਮੇਰਾ ਮਨ ਲੱਗਦਾ ਬਹੁਤ ਡਿਫਰੈਂਟ ਜ਼ਿਆਦਾ ਡਿਫਰੈਂਟ ਡਿਫਰੈਂਸ ਨਹੀਂ ਹੈ ਓਕੇ ਕੁੜੀਆਂ ਨੂੰ ਦੇਖਣ ਦਾ ਨਜ਼ਰੀਆ ਔਰ ਮੈਂ ਸੱਚੀ ਉਹ ਜਿਹਾ ਹੀ ਹਾਂ ਜਮੜਾ ਜਿਹਾ ਹਨਾ ਮੈਂ ਕੋਸ਼ਿਸ਼ ਕਰਦਾ ਬਹੁਤ ਮਤਲਬ ਕਲਾਕਾਰੀ ਕਰਨ ਦੀ ਪਰ ਅੰਦਰ ਹੈ ਨਹੀਂ ਹਨਾ ਉਹ ਚੀਜ਼ ਤੇ ਮੈਨੂੰ ਤਾਂ ਜਦੋਂ ਕੈਰੈਕਟਰ ਸੁਣ ਕੇ ਲੱਗਦਾ ਕਿ ਯਾਰ ਹੈ ਮਤਲਬ ਜੇ ਐਸੇ ਇਹੋ ਜਿਹੀ ਸਿਚੁਏਸ਼ਨ 'ਚ ਸੱਚੀ ਦਾ ਗੁਰਨਾਮ ਵੀ ਹੁੰਦਾ ਨਾ ਤਾਂ ਮਤਲਬ ਸਿਮਿਲਰ ਜਿਹੀਆਂ ਹੀ ਹਰਕਤਾਂ ਕਰਦਾ ਹੁੰਦਾ ਮੇਰਾ ਪਾਰਸ਼ਲ ਡਿਫਰੈਂਟ ਹੈ ਪਾਰਸ਼ਲ ਇੱਕੋ ਵਰਗਾ ਹੈ ਕਿ ਕਈ ਥਾਵਾਂ ਤੇ ਰਿਜ਼ੈਂਬਲੈਂਸ ਹੈਗੀ ਹੈ ਕਿ ਹਾਂ ਉਹ ਮੇਰੇ ਵਰਗਾ ਕਰੈਕਟਰ ਹੈ ਕਿ ਸਵੀਟ ਹੈ ਥੋੜਾ ਹਾਂ ਹਾਂ ਬਹੁਤ ਜ਼ਿਆਦਾ ਹੀ ਸਵੀਟ ਹੈ ਤਾਨੀਆ ਤੇ ਵੇਖਿਆ ਤਾਨੀਆ ਸਵੀਟ ਹੈ ਤੇ ਕਈ ਜਗ੍ਹਾ ਤੇ ਇੱਦਾਂ ਲੱਗਦਾ ਸੀ ਕਿ ਯੈਸ ਉਹ ਮੈਂ ਹੀ ਹਾਂ ਬਿਕੋਜ਼ ਮੈਂ ਜੋ ਵੀ ਉੱਥੇ ਵਿਲੇਜ ਲਾਈਫ ਵੇਖੀ ਸਾਰੀ ਤੇ ਜੇ ਫਸਟ ਟਾਈਮ ਮੈਂ ਵੀ ਉਦਾਂ ਸਾਰਾ ਵੇਖਿਆ ਸੋ ਇਟ ਵਾਸ ਉਹ ਗੋਲਗੱਪੇ ਵਾਲਾ ਸੀਨ ਤਾਂ ਸੇਮ ਹੈ ਜਮਾ ਓ ਗੋਡ ਉਹ ਤਾਂ ਮੈਨੂੰ ਐਨੇ ਗੋਲਗੱਪੇ ਖਾਣੇ ਪਏ ਨਾ ਉਸ ਦਿਨ ਅੱਛਾ ਮੇਰੇ ਕਰਕੇ ਹੋਰ ਕਿਤੇ ਕਰ ਮੇਰੀ ਮੈਨੂੰ ਸੀਨ ਵਿੱਚ ਬਹੁਤ ਨਹੀਂ ਸੀ ਖਾਣ ਦੀ ਪਰ ਮੈਂ ਪਹਿਲਾਂ ਹੀ ਖਾ ਲਏ ਸੀ ਬਟ ਤਾਨੇ ਨੇ ਪਹਿਲਾਂ ਵੀ ਖਾ ਲਏ ਬਾਅਦ ਚ ਵੀ ਖਾਦੇ ਸੀਨ ਚ ਵੀ ਖਾਦੇ ਆਈ ਡੋਨਟ ਨੋ 25 30 ਤਾਂ ਖਾ ਲਏ ਹੋਣੇ ਅੱਛਾ ਗੁਰਨਾਮ 50 60 ਖਾਦੇ ਹੋਣੇ ਐਂਡ ਸਮ ਟਾਈਮਸ ਤੇ ਗੁਰਨਾਮ ਇਸ ਲਾਈਕ ਜੇ ਓਕੇ ਵੀ ਹੋ ਗਿਆ ਤੇ ਤਾਂ ਵੀ ਕਰੀ ਜਾਣਾ ਇੱਕ ਹੋਰ ਇੱਕ ਹੋਰ ਇੱਕ ਹੋਰ ਨਹੀਂ ਮੈਨੂੰ ਮੇਰੀ ਇੱਕ ਕਨਸਰਨ ਜ਼ਰੂਰ ਹੁੰਦਾ ਸੀਗਾ ਕਿ ਮੈਨੂੰ ਤੰਗ ਕੀਤਾ ਜਾਵੇ ਨਹੀਂ ਨਹੀਂ ਤੰਗ ਕੀਤਾ ਜਾਵੇ ਨਹੀਂ ਕਿਉਂਕਿ ਦਾਦੂ ਮੇਰੇ ਨਾਲ ਵਧੀਆ ਸੀਗੇ ਸਾਰੇ ਇਹੀ ਸੀਗੇ ਇੱਕ ਸ਼ਾਟ ਦਾਦੂ ਨੇ ਠੀਕ ਲੈ ਲੈਣਾ ਤਾਂ ਉਹ ਇੱਕ ਆਪਸ਼ਨ ਰੱਖਦੇ ਸੀ ਕਈ ਵਾਰ ਕਿਉਂਕਿ ਮੇਰੀ ਪਹਿਲੀ ਫਿਲਮ ਹੈ ਇੱਕ ਆਪਸ਼ਨ ਦੇ ਚੱਕਰ 'ਚ ਮੈਨੂੰ ਇੰਨੀ ਗੋਲ ਦਿੱਤੀ ਮੈਨੂੰ ਪ੍ਰੋਬਲਮ ਨਾ ਆਵੇ ਤਾਂ ਕਿ ਤਾਂ ਫਿਰ ਮੈਂ ਐਡਾ ਘੈਂਟ ਐਕਟਰ ਹਾਂ ਕਿ ਮੈਂ ਦੂਜੇ ਤਰੀਕੇ ਨਾਲ ਵੀ ਦੇ ਦਿੰਦਾ ਸੀ ਤੇ ਫਿਰ ਜਦੋਂ ਮੈਂ ਕਹਿੰਦਾ ਨਾ ਕਿ ਚਲੋ ਐਦਾਂ ਹੀ ਕਰ ਲੈਣੇ ਕਿ ਆਈ ਵਿਲ ਪ੍ਰੀਟੈਂਡ ਦੈਟ ਆਮ ਈਟਿੰਗ ਨਹੀਂ ਨਹੀਂ ਖਾਓ ਇਹਨੂੰ ਪੂਰਾ
ਗੁਰਨਾਮ ਨੇ ਕਿਸੇ ਨੂੰ ਡਾਇਮੰਡ ਦੀ ਚਾਂਜਰ ਦਿੱਤੀ ਆ? ਕਦੀ ਵੀ ਨਹੀਂ, ਵਾਦੇ ਬੋਲ ਚਿੱਤ ਕਰਦੇ ਗੱਭਰੂ ਦਾ ਰਾਜ਼ੀ ਜੱਗ ਦਾ ਛੱਡ ਖਿਆਲ ਬਿੱਲੋ ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੂ ਧਾਲੀ ਵਾਲ ਬਿੱਲੋ ਪਿੰਡ ਰਸੌਲੀ ਲਾਣੇਦਾਰ ਦੀ ਤੈਨੂੰ ਨੂੰ ਬਣਾ ਦਾਂਗੇ ਗੁਰਨਾਮ ਭੁੱਲਰ ਦਾ ਖਾੜਾ ਗੋਰੀਏ ਅੱਜ ਹੀ ਬੁੱਕ ਕਰਾ ਦਾਂਗੇ ਓ ਤੇਰੇ ਗੁੱਟ ਨੂੰ ਕੜਾ ਸਰਦਾਰ ਨੀ ਏ ਡਾਇਮੰਡ ਦੀ ਝਾਂਜਰ ਪਾ ਦਾਂਗੇ ਕੀ ਬਾਤ ਹੈ ਗੁਰਨਾਮ ਜਿੱਦਾਂ ਹੁਣ ਤੁਹਾਡੀ ਐਜ਼ ਅ ਮੇਨ ਲੀਡ ਫਸਟ ਮੂਵੀ ਹੈ ਕਿੰਨਾ ਕੁ ਡਰ ਫੀਲ ਹੋ ਰਿਹਾ ਯਾਰ ਮੈਨੂੰ ਡਰ ਤੇ ਸੱਚੀ ਲੱਗ ਰਿਹਾ ਮੇਰੀ ਸ਼ਕਲ ਤੇ ਵੀ ਨਾ ਮੈਂ ਮਤਲਬ ਮੈਂ ਉਹ ਹਾਂ ਵੀ ਜਿਹੜਾ ਮਤਲਬ ਐਵਰੀ ਵੀਕ ਮੈਂ ਆਪਦੇ ਹੇਅਰ ਡਰੈਸਰ ਕੋਲ ਵਿਜ਼ਿਟ ਕਰਦਾ ਹਾਂ ਜਾਂ ਮੈਂ ਜਿਮ ਬਹੁਤ ਜਾਂਦਾ ਹਾਂ ਨਾ ਡਾਈਟਿੰਗ ਪਤਾ ਨਹੀਂ ਮੈਂ ਇੰਨੀ ਟੈਨਸ਼ਨ ਜਾਂ ਮੇਰਾ ਕੁਛ ਵੀ ਕਰਨ ਨੂੰ ਜੀ ਨਹੀਂ ਕਰਦਾ ਸੱਚੀ ਇਹ ਗੱਲ ਤਾਂ ਮੈਂ ਆਪਦੇ ਸਾਰੇ ਮੇਰੇ ਦੋਸਤਾਂ ਨੂੰ ਪਤਾ ਨਹੀਂ ਕਿਉਂ ਇੱਦਾਂ ਲੱਗਦਾ ਕਿ ਸਾਡੀ ਇੰਡਸਟਰੀ 'ਚ ਬਹੁਤ ਸਾਰੀਆਂ ਮਿਥਸ ਬਣੀਆਂ ਹੋਈਆਂ ਨੇ ਕਿ ਪਹਿਲੀ ਮੂਵੀ ਦਾ ਬਾਕਸ ਆਫਿਸ 'ਤੇ ਵਰਕ ਕਰਨਾ ਬਹੁਤ ਜ਼ਰੂਰੀ ਹੈ ਅਤੇ ਕਿਤੇ ਨਾ ਕਿਤੇ ਤੁਹਾਡੇ ਮਤਲਬ ਫਿਊਚਰ ਕਰੀਅਰ 'ਚ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਕਿ ਪਹਿਲੀ ਮੂਵੀ ਔਰ ਮੇਰੇ 'ਤੇ ਦਰਮਦਰ ਤਾਂ ਜ਼ਿਆਦਾ ਹੋ ਗਿਆ ਕਿ ਸਾਰਿਆਂ ਨੇ ਇਸ ਚੀਜ਼ ਨੂੰ ਵੀ ਸਾਰੀ ਇੰਡਸਟਰੀ ਨੋਟਿਸ ਕਰ ਰਹੀ ਹੈ ਕਿ ਮਤਲਬ ਸੋਨਮ ਬਾਜਵਾ ਤੋਂ ਵੱਡੀ ਕੋ ਸਟਾਰ ਨਹੀਂ ਹੋ ਸਕਦੀ ਵਿਜੇ ਸਰ ਤੋਂ ਵਧੀਆ ਡਾਇਰੈਕਟਰ ਨਹੀਂ ਹੋ ਸਕਦਾ ਔਰ ਜਗਦੀਪ ਵੀਰਾ ਜਿਹਨਾਂ ਨੇ ਆਲਰੇਡੀ ਮਤਲਬ ਨਿੱਕਾ 1-2 ਕਿਸਮਤ ਮਤਲਬ ਬੜੀਆਂ ਹਿੱਟ ਫਿਲਮਾਂ ਦਿੱਤੀਆਂ ਸੋ ਸਾਰਾ ਪ੍ਰੋਜੈਕਟ ਮੈਂ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਦੇ ਸਕਦਾ ਵੀ ਇਹਦੇ ਕਰਕੇ ਫਲੋਪ ਹੋਈ ਅਤੇ ਤਾਂ ਥੋੜ੍ਹਾ ਜਿਹਾ ਆਪਣੀ ਵਾਹਿਗੁਰੂ ਨੂੰ ਪਰਮਾਤਮਾ ਮਿਹਰ ਕਰੇ ਪਰ ਮੈਨੂੰ ਇੰਨਾ ਕੁ ਭਰੋਸਾ ਮੈਂ ਅੱਜ ਵੀ ਗੱਲ ਕਰਦਾ ਸੀ ਕਿ ਹੋਰ ਕਿਸੇ ਚੀਜ਼ 'ਤੇ ਮੈਨੂੰ ਭਰੋਸਾ ਹੋਵੇ ਨਾ ਹੋਵੇ ਮੈਨੂੰ ਫਿਲਮ 'ਤੇ ਮੈਨੂੰ ਭਰੋਸਾ ਭਾਵੇਂ ਮੇਰਾ ਕਿਰਦਾਰ ਜਾਂ ਇੱਕ ਪਰਟੀਕੁਲਰ ਐਕਟਰ ਦੀ ਗੱਲ ਨਹੀਂ ਹੈ ਪੂਰੀ ਫਿਲਮ ਦੇਖ ਕੇ ਮੈਂ ਇੱਕ ਐਜ਼ ਐਨ ਆਡੀਅੰਸ ਉਹ ਟ੍ਰੇਲਰ ਦੇਖਿਆ ਹੋਵੇ ਤਾਂ ਮੈਂ ਜ਼ਰੂਰ ਦੇਖਣ ਜਾਊਂਗਾ ਫਿਲਮ ਵੀ ਫਾਈਨਲੀ ਕੁਛ ਤਾਂ ਨਵਾਂ ਹੈਗਾ ਮੈਸੇਜ ਬਹੁਤ ਸਿੰਪਲ ਹੈ ਜੀ ਅਸੀਂ ਆਪਣੀ ਫਿਲਮ ਗੁੱਡੀਆਂ ਪਟੋਲੇ ਲਈ ਇੱਥੇ ਆਏ ਹਾਂ ਔਰ ਮੇਰੇ ਸਾਰੇ ਵਿਊਅਰਸ ਫੈਨਸ ਨੂੰ ਬਸ ਇਹ ਰਿਕੁਐਸਟ ਹੈ ਕਿ ਤੁਸੀਂ ਮੂਵੀ ਜਦੋਂ ਦੇਖਣੀ ਹੈ ਕੋਈ ਵੀ ਪੰਜਾਬੀ ਫਿਲਮ ਆਉਂਦੀ ਹੈ ਉਹਦਾ ਟ੍ਰੇਲਰ ਵਧੀਆ ਲੱਗਦਾ ਤਾਂ ਤੁਸੀਂ ਪਲੀਜ਼ ਸਪੋਰਟ ਕਰਿਆ ਕਰੋ ਫਿਲਮ ਨੂੰ ਔਰ ਥੀਏਟਰ 'ਚ ਜਾ ਕੇ ਦੇਖਿਆ ਕਰੋ ਔਰ ਅਸੀਂ ਇੱਕ ਫੈਮਿਲੀ ਫਿਲਮ ਬਣਾਈ ਆ ਔਰ ਇੱਦਾਂ ਦੀ ਫਿਲਮ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਯੂਥ ਯੰਗ ਲੋਕ ਕੁੜੀਆਂ ਮੁੰਡੇ ਵੀ ਇੰਜੋਏ ਕਰ ਸਕਣ ਫੈਮਿਲੀ ਦੇ ਨਾਲ ਬੈਠ ਕੇ ਇੰਜੋਏ ਕਰ ਸਕਣ ਸੋ ਪਲੀਜ਼ ਬਹੁਤ ਮਿਹਨਤ ਨਾਲ ਪਿਆਰ ਨਾਲ ਅਸੀਂ ਇਹ ਫਿਲਮ ਤੁਹਾਡੇ ਲਈ ਬਣਾਈ ਆ 8 ਮਾਰਚ ਨੂੰ ਰਿਲੀਜ਼ ਹੋ ਰਹੀ ਆ ਬੁੱਕ ਯੋਰ ਟਿਕਟਸ ਆਈ ਥਿੰਕ ਅੱਜ ਸ਼ਾਮ ਨੂੰ ਐਡਵਾਂਸ ਬੁਕਿੰਗ ਸਟਾਰਟ ਹੋ ਜਾਊਗੀ ਮੈਕਸ ਟੂ ਮੈਕਸ ਮੇ ਬੀ ਬਾਈ ਟਮੋਰੋ ਸੋ ਯੂ ਨੋ ਹੈਵ ਯੋਰ ਟਿਕਟਸ ਰੈਡੀ ਐਂਡ ਗੋ ਫੋਰ ਗੁੱਡੀਆਂ ਪਟੋਲੇ ਔਨ 8th of March ਮੈਂ ਤੁਹਾਨੂੰ ਇਹ ਕਹਿਣਾ ਚਾਹੁੰਗਾ ਕਿ ਮਿਊਜ਼ਿਕ 'ਤੇ ਵੀ ਅਸੀਂ ਬਹੁਤ ਮਿਹਨਤ ਕੀਤੀ ਹੈ ਇਕੱਲਾ ਇਕੱਲਾ ਗਾਣਾ ਮੇਰੀ ਮੇਰੀ ਲਾਈਫ ਦੇ ਜਿਹੜੇ ਮੈਂ ਬੈਸਟ ਗਾਣੇ ਚੂਜ਼ ਕੀਤੇ ਹੋਏ ਸੀਗੇ ਜਾਂ ਮਤਲਬ ਹਰ ਗਾਣੇ 'ਤੇ 4-4 ਵਜੇ ਅਸੀਂ ਬੈਠੇ ਹਾਂ ਅਤੇ ਮਿਊਜ਼ਿਕ ਬਹੁਤ ਸੋਹਣਾ ਫਿਲਮ ਦਾ ਸਟੋਰੀ ਸੱਚੀ ਟਰੱਸਟ ਮੀ ਕਿ ਸਟੋਰੀ ਬਹੁਤ ਚੰਗੀ ਆ ਔਰ ਹਰ ਮੂਮੈਂਟ ਤੁਹਾਨੂੰ ਐਂਟਰਟੇਨ ਕਰਨ ਵਾਲਾ ਮਤਲਬ ਇੱਕ ਵਾਰ ਨਹੀਂ ਲੱਗੂਗਾ ਕਿ ਸਟੋਰੀ ਕਿਤੇ ਖੜ ਗਈ ਆਪਾਂ ਬੋਰ ਹੋ ਰਹੇ ਹਾਂ ਮਤਲਬ ਜਿੰਨੇ ਮੂਮੈਂਟਸ ਨੇ ਉਹ ਸਾਰੇ ਨਵੇਂ ਨੇ ਮਤਲਬ ਤੁਸੀਂ ਪਹਿਲਾਂ ਕਿਸੇ ਫਿਲਮ 'ਚ ਨਹੀਂ ਦੇਖੇ ਹੋਣੇ ਬਾਕੀ ਘੁਮਿਆਰੀ ਆਪਦਾ ਭਾਂਡਾ ਸਲਾਉਂਦੀ ਹੁੰਦੀ ਹੈ ਜੀ ਸਾਡੀ ਫਿਲਮ ਬਹੁਤ ਵਧੀਆ ਹਰ ਹਰ ਸਟਾਰ ਕਾਸਟ ਕਹਿੰਦੀ ਹੈ ਬਾਕੀ ਫੈਸਲਾ ਆਡੀਅੰਸ ਨੇ ਦੇਣਾ ਮੈਂ ਇਹ ਕਹਿੰਦਾ ਕਿ ਤੁਸੀਂ ਫੈਸਲਾ ਜੋ ਵੀ ਦੇਣਾ ਦਿਓ ਪਰ ਇੱਕ ਵਾਰ ਫਿਲਮ ਦੇਖ ਕੇ ਫਿਰ ਸਾਡੀ ਸਾਰੀ ਟੀਮ ਨੇ ਫਰੋਮ ਕੋਸਟਿਊਮ ਟੂ ਡਾਇਰੈਕਸ਼ਨ ਟੂ ਰਾਈਟਰਸ ਟੂ ਐਕਟਰਸ ਟੂ ਆਰਟ ਐਵਰੀਬਡੀ ਸਭ ਨੇ ਬਹੁਤ ਮਿਹਨਤ ਕੀਤੀ ਹੈ ਇਸ ਮੂਵੀ ਨੂੰ ਬਣਾਉਣ ਲਈ ਐਂਡ ਪੂਰੀ ਰੀਜਨਲ ਇਹ ਮੂਵੀ ਬਣਾਈ ਹੈ ਸੋ ਆਈ ਥਿੰਕ ਇੰਨਾ ਤਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਜਾ ਕੇ ਉਸ ਚੀਜ਼ ਦਾ ਮੁੱਲ ਪਾਓ ਐਂਡ 8th March ਗੁੱਡੀਆਂ ਪਟੋਲੇ ਜ਼ਰੂਰ ਵੇਖਿਆ ਔਰ ਇੱਕ ਚੀਜ਼ ਹੋਰ ਇਨ ਹਾਊਸ ਪ੍ਰੋਡਕਸ਼ਨ ਐਮੀ ਵੀਰੇ ਐਮੀ ਵੀਰ ਖੋਰਾ ਨੇ ਵੀਰੇ ਉਹਨਾਂ ਨੇ ਆਪਣਾ ਜਿਹੜਾ ਡਿਸਟ੍ਰੀਬਿਊਸ਼ਨ ਹਾਊਸ ਸ਼ੁਰੂ ਕੀਤਾ ਅਤੇ ਡਿਸਟ੍ਰੀਬਿਊਟ ਵੀ ਇਨ ਹਾਊਸ ਐਸੋਸੀਏਸ਼ਨ ਕਰ ਰਹੀ ਹੈ ਉਹਨਾਂ ਨੂੰ ਵੀ ਬੈਸਟ ਆਫ ਲੱਕ ਵਿਲੇਜਰ ਫਿਲਮ ਸਟੂਡੀਓ ਸਾਰੀ ਟੀਮ ਸੋ ਤੁਸੀਂ ਸਾਰੇ ਅਸੀਂ ਮਤਲਬ ਪੁੰਗਰ ਦੇ ਬੂਟੇ ਆ ਸੋ ਤੁਸੀਂ ਪਾਣੀ ਲਾਉਣਾ ਪਿਆਰ ਦਾ ਥੈਂਕ ਯੂ ਵੀ ਵਿਸ਼ ਯੂ ਆਲ ਦਾ ਬੈਸਟ ਫॉर ਯੂਰ ਮੂਵੀ ਔਰ ਸਾਰਿਆਂ ਨੇ 8 ਤਰੀਕ ਨੂੰ ਗੁੱਡੀਆਂ ਪਟੋਲੇ ਜ਼ਰੂਰ ਦੇਖਣੀ ਹੈ ਇਹ ਸੀ ਸਾਡੇ ਨਾਲ ਸਟਾਰ ਕਾਸਟ ਗੁੱਡੀਆਂ ਪਟੋਲੇ ਦੀ ਟਿਲ ਦੈਨ ਕੀਪ ਵਾਚਿੰਗ ਸਵੇਰਾ ਟੀਵੀ